ਸਤਿ ਸ੍ਰੀ ਅਕਾਲ ਸਤਿ ਸ਼ਕਾਲ ਮੈਂ ਵਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਫਸਲਾਂ ਦੇ ਵਿੱਚੋਂ ਝੋਨੇ ਦੀ ਫਸਲ ਤੇ ਝੋਨੇ ਦੀਆਂ ਕਿਸਮਾਂ ਦੇ ਵਿੱਚੋਂ PR126 ਦੇ ਮਤਲਬਕ ਆਪਾਂ ਇਸ ਵੀਡੀਓ 'ਚ ਗੱਲਬਾਤ ਕਰਾਂਗੇ ਕੁਝ ਅਹਿਮ ਜਾਣਕਾਰੀ ਜਿਹੜੀ ਕਿਸਾਨਾਂ ਤੱਕ ਪਹੁੰਚਣੀ ਜ਼ਰੂਰੀ ਹੈ ਕਿਉਂਕਿ ਜ਼ਿਆਦਾ ਏਰੀਆ ਲੱਗ ਰਿਹਾ ਜਦੋਂ 2017 ਦੇ ਵਿੱਚ ਇਹ ਵੈਰੈਟੀ ਰਿਲੀਜ਼ ਕੀਤੀ ਗਈ ਹੈ ਕਾਫੀ ਜ਼ਿਆਦਾ ਦਿੱਕਤਾਂ ਆਈਆਂ ਕਿਉਂਕਿ ਵੈਰੈਟੀ 123 24 ਦਿਨਾਂ ਦੀ ਹੈ ਸਿਰਫ ਬੀਜ ਤੋਂ ਬੀਜਨ ਤੋਂ ਲੈ ਕੇ ਤੇ ਜਦੋਂ ਤੱਕ ਬੀਜ ਨੇ ਵੱਢਾ ਜਾਣਾ ਲਗਭਗ 100 23 ਤੋਂ 25 ਦਿਨ ਇਹ ਖੇਤਾਂ ਦੇ ਵਿੱਚ ਲੈਂਦੀ ਹੈ ਕਲਾਈਮੇਟ ਡਿਸਾਈਡ ਕਰਦਾ 2-4 ਦਿਨ ਵੈਰਾਈ ਕੋਈ ਵੀ ਅਗੇਤੀ ਜਾਂ ਪਛੇਤੀ ਹੋ ਜਾਂਦੀ ਹੈ ਪਰ ਜਦੋਂ ਆਪਾਂ ਟਾਈਮ ਤੋਂ ਪਹਿਲਾਂ ਲਾ ਦਿੰਨੇ ਆ ਬਹੁਤੇ ਕਿਸਾਨ ਵੀਰਾਂ ਦੇ ਫੋਨ ਆ ਰਹੇ ਸੀਗੇ ਕਿ ਬਾਈ ਜੀ ਅਸੀਂ 126 ਦੀ ਪਨੀਰੀ ਲਾਉਣ ਜਾ ਰਹੇ ਹਾਂ ਕੀ ਖਾਦਾਂ ਪਾ ਗਏ ਮੈਂ ਉਹਨਾਂ ਨੂੰ ਬਜਾਈ ਕਰਨ ਤੋਂ ਰੋਕਿਆ ਜੇ ਤੁਸੀਂ ਬੀਜਣਾ ਵੀ ਹੈ ਜਾਂ ਤੁਸੀਂ ਇਸ ਨੂੰ ਪੱਟ ਕੇ ਲਾਉਣਾ ਪਨੀਰੀ ਤਿਆਰ ਕਰਨੀ ਹੈ ਤਾਂ ਇਹਦਾ ਲਾਉਣ ਦਾ ਸਮਾਂ ਇਹਦੇ ਪਨੀਰੀ ਬੀਜਣ ਦਾ ਸਮਾਂ ਜਾਂ ਇਹਦੀ ਡੀਐਸਆਰ ਕਰਨ ਦਾ ਸਮਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਜਦੋਂ 2017 ਦੇ ਵਿੱਚ ਆਈ ਇਹ ਪਹਿਲੀ ਵਾਰ ਵੈਰਾਈਟੀ ਇਹ ਬਹੁਤ ਜ਼ਿਆਦਾ ਫੇਲ ਹੋਈ ਸੀਗੀ ਕਿਉਂਕਿ ਪੰਜਾਬ ਦੇ ਵਿੱਚ ਕੁਝ ਵੀ ਆਉਂਦਾ ਜੇਕਰ ਉਹ ਜ਼ਿਆਦਾ ਏਰੀਆ ਦੇ ਵਿੱਚ ਲੱਗ ਜਾਂਦਾ ਤਾਂ ਜੇਕਰ ਉਹ ਗਲਤ ਕ੍ਰੌਪ ਪ੍ਰੈਕਟਿਸ ਹੁੰਦੀ ਹੈ ਤਾਂ ਉਹਦੇ ਗਲਤ ਰਿਜ਼ਲਟ ਸਾਹਮਣੇ ਆਉਂਦੇ ਆ 2017 ਦੇ ਵਿੱਚ ਗਲਤੀਆਂ ਹੋਈਆਂ 18 'ਚ ਗਲਤੀਆਂ ਹੋਈਆਂ 19 'ਚ ਰਿਕਵਰ ਹੋ ਗਈਆਂ 20 'ਚ ਵਧੀਆ ਰਿਜ਼ਲਟ ਆਇਆ 21 'ਚ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਆ ਗਏ ਤੇ 22 'ਚ ਹੁਣ ਆਪਾਂ ਇਹ ਬੀਜ ਨੂੰ ਬਲੈਕ ਹੋਣ ਲਈ ਮਜਬੂਰ ਕਰ ਦਿੱਤਾ ਕਿ ਇਹ ਬੀ 150 ਰੁਪਏ ਪ੍ਰਤੀ ਕਿਲੋ ਮਾਰਕੀਟ 'ਚ ਵਿਕ ਰਿਹਾ ਹੈ ਤੇ ਗਰੰਟੀ ਵੀ ਕੋਈ ਨਹੀਂ TL ਸੀਡ ਬਿਨਾ ਬਿੱਲ ਕੱਟੇ ਹੀ ਵਿਕ ਰਿਹਾ ਹੈਗਾ ਪਰ ਆਪਾਂ ਕੋਸ਼ਿਸ਼ ਕਰ ਰਹੇ ਹਾਂ ਇਸ ਵੀਡੀਓ ਦੇ ਵਿੱਚ ਕਿ ਤੁਹਾਨੂੰ ਸਹੀ ਸਪਸ਼ਟ ਜਾਣਕਾਰੀ ਦਿੱਤੀ ਜਾ ਸਕੇ ਕਿ ਘੱਟੋ-ਘੱਟ ਫਾਰਮਰ ਆਪਣੇ ਖੇਤ ਦੇ ਵਿੱਚ ਭਾਵੇਂ ਉਹਨੇ ਬੀਜਨਾ ਭਾਵੇਂ ਉਹਨੇ ਪਨੀਰੀ ਲਾਉਣੀ ਆ ਤੇ ਉਹਨੂੰ ਸਹੀ ਸਮੇਂ ਦਾ ਪਤਾ ਹੋਣਾ ਚਾਹੀਦਾ ਇਹਦੇ ਬਾਰੇ ਕਿਹੜੀਆਂ ਖਾਸ ਗੱਲਾਂ ਉਹ ਤੁਸੀਂ ਨੋਟ ਜ਼ਰੂਰ ਕਰ ਲਿਓ ਕਿਉਂਕਿ ਵੈਰੈਟੀ ਘੱਟ ਸਮੇਂ ਦੀ ਆ ਸਭ ਤੋਂ ਘੱਟ ਸਮੇਂ ਦੀਆਂ ਕਿਸਮਾਂ ਦੇ ਵਿੱਚ ਚੰਗੇ ਝਾੜ ਵਾਲੀ ਲੰਬੀ ਵਾਲੀ ਵਾਲੀ ਲੰਬੀ ਬੱਲੀ ਹੈ ਜੀ ਤੇ ਬੂਟਾ ਵੀ ਕੋਈ ਜ਼ਿਆਦਾ ਨਹੀਂ ਮਾਰਦੀ ਤੇ ਪ੍ਰਾਲੀ ਵੀ ਕੋਈ ਜ਼ਿਆਦਾ ਨਹੀਂ ਹੁੰਦੀ ਪ੍ਰਾਲੀ ਇਹਦੀ ਘੱਟ ਹੁੰਦੀ ਆ ਆਮ ਦੇ ਨਾਲੋਂ ਪ੍ਰਾਲੀ ਘੱਟ ਹੋਣ ਦੇ ਕਰਕੇ ਹੀ ਕਿਸਾਨਾਂ ਦੀ ਫੇਵਰਿਟ ਬਣੀ ਹੈ ਕਟ ਸਮੇਂ ਦੀ ਹੋਣ ਕਰਕੇ ਆਲੂ ਵਾਲੇ ਕਿਸਾਨ ਮਟਰਾਂ ਵਾਲੇ ਕਿਸਾਨ ਮੱਕੀ ਵਾਲੇ ਕਿਸਾਨ ਵੀ ਇਹਨੂੰ ਲਾਉਂਦੇ ਹੈਗੇ ਆ ਤੇ ਤੁਸੀਂ ਵੀ ਇਹਨੂੰ ਜੇਕਰ ਲਾਉਣ ਦਾ ਵਿਚਾਰ ਕੀਤਾ ਹੋਇਆ ਤਾਂ ਨੋਟ ਕਰ ਲਓ ਕਿ ਜਿਹੜੇ ਖੇਤਾਂ ਦੇ ਵਿੱਚ ਇਹਦੀ ਪਨੀਰੀ ਪੱਟ ਕੇ ਲਾਉਣੀ ਹੈ ਤੇ ਪਨੀਰੀ ਬੀਜਾਂ ਦਾ ਜਿਹੜਾ ਸਹੀ ਸਮਾਂ ਹੈਗਾ ਉਹ ਸਟਾਰਟਿੰਗ ਜੂਨ ਨਹੀਂ ਹੈਗਾ ਉਹ ਸਟਾਰਟਿੰਗ ਅੱਧ ਮਈ ਨਹੀਂ ਹੈਗਾ ਜੇਕਰ ਇਹਨੂੰ ਸਹੀ ਤਰੀਕੇ ਦੇ ਨਾਲ ਤੁਸੀਂ ਲਾਉਣਾ ਤਾਂ 124 ਦਿਨ ਦੀ ਵੈਰਾਈਟੇ ਤੁਸੀਂ ਇਹਦੀ ਵੱਢਣ ਦੀ ਡੇਟ ਫਾਈਨਲ ਕਰ ਲਓ ਅਗਲੀ ਫਸਲ ਜੇ ਤੁਹਾਡੀ ਕਣਕਾ ਤਾਂ ਤੁਸੀਂ ਨਵੰਬਰ ਦੇ ਵਿੱਚ ਕਣਕ ਬੀਜਣੀ ਹੈ ਤਾਂ ਐਂਡ ਅਕਤੂਬਰ ਦੇ ਵਿੱਚ ਤੁਸੀਂ ਵੱਢਣੀ ਹੈ ਤਾਂ ਜੇ ਆਪਾਂ ਇਹਨੂੰ 4 ਮਹੀਨਿਆਂ ਦੀ ਕਿਸਮ ਵੀ ਮੰਨ ਲਏ ਤਾਂ ਐਂਡ ਜੁਲਾਈ ਦੇ ਵਿੱਚ ਇਹਦੀ ਸਹੀ ਟ੍ਰਾਂਸਪਲੈਂਟਿੰਗ ਬਣਦੀ ਹੈ ਮਤਲਬ 10 ਜੁਲਾਈ ਤੋਂ ਬਾਅਦ ਬਾਅਦ ਆਪਾਂ ਇਹਨੂੰ ਟ੍ਰਾਂਸਪਲੈਂਟ ਕਰਨਾ ਤੇ 10 ਜੂਨ ਤੋਂ ਬਾਅਦ ਇਹਦੀ ਪਨੀਰੀ ਲਾਉਣੀ ਹੈ ਜਿਹੜੇ ਕਿਸਾਨਾਂ ਨੇ ਡੀਐਸਆਰ ਕਰਨੀ ਹੈ ਡੀਐਸਆਰ ਦੇ ਵਿੱਚ ਵੀ ਇਹਦੇ ਬਹੁਤ ਚੰਗੇ ਝਾੜ ਆ ਕਿਉਂਕਿ ਇਹਦਾ ਦਾਣਾ ਆਮ ਕਿਸਮਾਂ ਦੇ ਨਾਲੋਂ ਮਾਮੂਲੀ ਛੋਟਾ ਹੁੰਦਾ ਤੇ ਇਹੋ ਆਪਾਂ 7-8 ਕਿਲੋ ਬੀ ਬਜਾਈ ਕਰਨਾ ਜਿਹੜਾ ਛਪਾਰ 8 ਕਿਲੋ ਬੀ ਯੂਨੀਵਰਸਿਟੀ ਨੇ ਸਿਪਾਰਿਸ਼ ਕੀਤਾ ਹੋਇਆ ਤਾਂ 8 ਕਿਲੋ ਬੀ ਚ ਜਿਹੜੇ ਬੀਜਾਂ ਦੀ ਗਿਣਤੀ ਆ ਉਹ ਬਾਕੀ ਕਿਸਮਾਂ ਦੇ ਨਾਲੋਂ ਜ਼ਿਆਦਾ ਚੜ ਜਾਂਦੀ ਹੈ ਤੇ ਜਦੋਂ ਆਪਾਂ 8 ਕਿਲੋ ਬੀਜ ਨੂੰ ਬਜਾਈ ਕਰ ਦਿੰਨੇ ਆ ਤਾਂ ਖੇਤ ਦੇ ਵਿੱਚ ਬੂਟਿਆਂ ਦੀ ਕਮੀ ਨਹੀਂ ਆਉਂਦੀ ਹੈਗੀ ਬੂਟਾ ਇਹ ਜ਼ਿਆਦਾ ਨਹੀਂ ਮਾਰਦੀ ਹੈਗੀ ਜਿਹੜੀ ਆਪਾਂ ਪੱਟ ਕੇ ਲਾਉਣੇ ਆ ਉਹਦੇ ਨਾਲੋਂ ਡੀਐਸਆਰ ਦਾ ਜਿਹੜਾ ਝਾੜ ਆ ਉਹ ਆਮ ਤੌਰ ਤੇ ਜ਼ਿਆਦਾ ਆਉਂਦਾ ਇਸ ਕਿਸਮ ਦਾ ਜੇਕਰ ਤੁਸੀਂ ਲੇਟ ਬਜਾਈ ਕਰਦੇ ਹੋ ਪਰ ਦਿੱਕਤ ਆ ਜਾਂਦੀ ਹੈ ਜੇਕਰ ਤੁਸੀਂ ਤਰਵੱਤਰ ਵੀਜੀ ਦਾ ਬਜਾਈ ਕਰਦੇ ਹੋ ਇਹਦੀ 10 ਜੂਨ ਤੋਂ ਲੈ ਕੇ 25 ਜੂਨ ਦੇ ਵਿਚਾਲੇ ਜਿਹੜਾ ਇਸ ਵੈਰੈਟੀ ਦਾ 골ਡਨ ਟਾਈਮ ਪੀਡ ਆ ਤਾਂ ਹੋ ਸਕਦਾ بارش ਆ ਜੇ ਤਰਵੱਤਰ ਵਾਲੀ ਵੀਜੀ ਕਰੰਡ ਵੀ ਹੋ ਜਾਂਦੀ ਹੈ ਕਈ ਉਹਦੇ ਵਿੱਚ ਸਮੱਸਿਆਵਾਂ ਆਉਂਦੀਆਂ ਪਰ ਜਿਹੜੇ ਕਿਸਾਨ ਦੇ ਖੇਤਾਂ ਦਾ ਟਿਊਬਲ ਪਾਣੀ ਵਧੀਆ ਤੇ ਰੇਤਲੀ ਜ਼ਮੀਨ ਨਹੀਂ ਹੈਗੀ ਰੇਤਲੀ ਜ਼ਮੀਨ ਵਿੱਚ ਇਹ ਵੈਰੈਟੀ ਇੰਨੀ ਜ਼ਿਆਦਾ ਕਾਮਯਾਬ ਇੰਨੀ ਸક્ષਮ ਨਹੀਂ ਹੈਗੀ ਡਾਕਰ ਜ਼ਮੀਨ ਜਿਹੜੀਆਂ ਜ਼ਮੀਨਾਂ ਵਿੱਚ ਲੰਬੇ ਸਮੇਂ ਤੋਂ ਝੋਨਾ ਲੱਗ ਰਿਹਾ ਜਿੱਦਾਂ ਖੇਤਾਂ ਦਾ ਜਿਹੜਾ ਟੈਂਪਰੇਚਰ ਆ ਉਹ ਨਾਰਮਲ ਰਹਿੰਦਾ ਹਵਾ ਦੇ ਵਿੱਚ ਹਿਊਮਿਡਿਟੀ ਰਹਿੰਦੀ ਹੈ ਗਰਮੀ ਜਿੰਨੀ ਮਰਜ਼ੀ ਪਵੇ ਇਹ ਵੈਰਾਈਟੀ ਨੂੰ ਕੋਈ ਪ੍ਰੋਬਲਮ ਨਹੀਂ ਸ਼ੁਰੂਆਤ ਦੇ ਵਿੱਚ ਜਿਹੜੀ ਸਤੰਬਰ ਦੇ ਵਿੱਚ ਜਾ ਕੇ ਗਰਮੀ ਵਧਣ ਦਾ ਪ੍ਰੋਬਲਮ ਆਉਂਦਾ ਉਦੋਂ ਸਾਰੀਆਂ ਵੈਰਾਈਟੀਆਂ ਤੇ ਹੀ ਪ੍ਰਭਾਵ ਪੈਂਦੇ ਆ ਪਰ ਇਸ ਵੈਰਾਈਟੀ ਇਹ ਵੈਰਾਈਟੀ ਇੱਕ ਇਸ ਤਰ੍ਹਾਂ ਦਾ ਕੈਰੇਕਟਰ ਰੱਖਦੀ ਹੈ ਕਿਰ ਜੇਕਰ ਠੰਡ ਵਿੱਚ ਪਕਾ ਹੁੰਦਾ ਤਾਂ ਯੂਨੀਵਰਸਿਟੀ ਇਹਦਾ 30 31 ਕੁਆਂਟਲ ਝਾੜ ਐਵਰੇਜ ਦੱਸਦੀ ਆ ਪਰ ਕਿਸਾਨਾਂ ਦੇ ਖੇਤਾਂ ਵਿੱਚ ਮੇਰੇ ਨਾਲ ਜੁੜੇ ਹੋਏ ਕਿਸਾਨਾਂ ਦੇ ਖੇਤਾਂ ਵਿੱਚ ਵੀ ਇਹਦੇ ਝਾੜ ਆ ਜਿਹੜੇ ਉਹ 35 ਕੁਆਂਟਲ ਤੱਕ ਦੇਖੇ ਗਏ ਆ ਝਾੜ ਕਿਸੇ ਵੀ ਵੈਰੈਟੀ ਦਾ ਕੋਈ ਫਿਕਸ ਨਹੀਂ ਹੁੰਦਾ ਹੈਗਾ ਪਰ ਜਦੋਂ ਸਾਰੀ ਤੁਹਾਡੀ ਮਿਹਨਤ ਆ ਤੁਹਾਡੀ ਮਿੱਟੀ ਦਾ ਤੁਹਾਡੇ ਮੌਸਮ ਦਾ ਤਾਲਮੇਲ ਬਣਦਾ ਤਾਂ ਜਿਹੜੀ ਕੋਈ ਵੀ ਵੈਰੈਟੀ ਆ ਉਹ ਵੱਧੋ ਵੱਧ ਝਾੜ ਦੇ ਦਿੰਦੇ ਕਾਬਲ ਹੋ ਜਾਂਦੀ ਹੈ ਸੋ ਉਹਨੂੰ ਲਾਉਣ ਦੇ ਸਮੇਂ ਕੋਈ ਗਲਤੀਆਂ ਨਾ ਕੀਤੀਆਂ ਜਾਣ ਜਿਹੜੇ ਕਿਸਾਨਾਂ ਨੇ ਪਨੀਰੀ ਲਾਉਣੀ ਹੈ ਪਨੀਰੀ ਇਹਦੀ 30 ਦਿਨਾਂ ਤੋਂ ਵੱਡੀ ਨਹੀਂ ਲਾਉਣੀ ਹੈਗੀ ਜੇਕਰ ਤੁਸੀਂ ਇਹਦੀ ਪਨੀਰੀ 30 ਤੋਂ 35 40 ਦਿਨਾਂ ਦੀ ਕਰਕੇ ਲਾਉਂਗੇ ਨੇ ਬੂਟਾ ਘੱਟ ਮਾਰਨਾ ਬਿਰਲਾ ਲੱਗੂਗਾ ਵੱਡੀ ਪਨੀਰੀ ਹੈ ਜਿਹੜੀ ਉਹ ਵੱਡਾ ਬੂਟਾ ਬਣ ਜਾਂਦਾ ਤਾਂ ਉਹ ਜਿਹੜਾ ਲੇਬਰ ਵੀ ਬਿਰਲੀ ਲਾਉਂਦੀ ਹੈ ਤੇ ਉਹਦੇ ਨਾਲ ਇਹਦਾ ਚਾਰ ਘਟਦਾ ਹੈਗਾ ਜੇਕਰ ਤੁਸੀਂ ਇਹਦੀ ਪਨੀਰੀ 25 ਦਿਨਾਂ ਦੀ ਲਾ ਦਿੰਨੇ ਹੋ 28 ਦਿਨਾਂ ਦੀ 30 ਦਿਨਾਂ ਦੀ ਤੱਕ ਵੀ ਲਾ ਦਿੰਨੇ ਹੋ ਛੋਟੀ ਪਨੀਰੀ ਕੱਚੀ ਪਨੀਰੀ ਲਾਉਣੇ ਹੋ ਤਾਂ ਬੂਟੇ ਜ਼ਿਆਦੇ ਲੱਗਦੇ ਆ ਆਮ ਦੇ ਨਾਲੋਂ ਇਹਦਾ ਥੋੜਾ ਜਿਹਾ ਬੂਟਾ ਸੰਗਣਾ ਲਾਇਆ ਫਾਇਦਾ ਰਹਿੰਦਾ ਤੇ ਝਾੜ ਵਧੀਆ ਆਉਣ ਦੇ ਚਾਂਸ ਬਣ ਜਾਂਦੇ ਆ ਜੇਕਰ ਤੁਸੀਂ ਇਹਦੀ 1 ਮਹੀਨੇ ਦੀ ਪਨੀਰੀ ਬੀਜਣ ਤੋਂ ਲੈ ਕੇ ਪੱਟ ਲੈਨੇ ਹੋ ਤਾਂ ਉਸ ਤੋਂ ਬਾਅਦ ਤੁਹਾਡੇ ਕੋਲ ਸਿਰਫ 92-93 ਦਿਨ ਹੀ ਬਣਦੇ ਆ ਜਿਹੜੇ ਖੇਤ ਦੇ ਵਿੱਚ ਇਹਨੇ ਲੈਣੇ ਆ ਜੇਕਰ ਤੁਸੀਂ ਬਹੁਤ ਜ਼ਿਆਦਾ ਅਗੇਤਾ ਲਾ ਦਿਓਗੇ ਐਂਡ ਮਈ ਦੇ ਵਿੱਚ ਇਹਦੀ ਪਨੀਰੀ ਲਾ ਦਿਓਗੇ ਸਟਾਰਟਿੰਗ ਜੂਨ ਜਿਹਦੀ ਪਨੀਰੀ ਲਾ ਦਿਓਗੇ ਤੇ ਬਾਰਿਸ਼ਾਂ ਦੇ ਨਾਲ ਜਦੋਂ ਇਹਨੂੰ ਪਾਟ ਕੇ ਤੁਸੀਂ ਖੇਤ ਦੇ ਵਿੱਚ ਲਾਇਆ ਪਹਿਲੇ 10-15 ਦਿਨਾਂ ਦੇ ਵਿੱਚ ਜੇਕਰ ਇਹਦੀ ਸਪੀਡ ਨਹੀਂ ਬਣਦੀ ਹੈਗੀ ਤਾਂ ਇਹ ਵੈਰੈਟੀ ਤੁਹਾਨੂੰ ਝਾੜ ਨਹੀਂ ਦੇ ਕੇ ਜਾਵੇਗੀ। ਦੂਜਾ ਇਹਦੇ ਵਿੱਚ ਵੱਡੀ ਗਲਤੀ ਹੋਈ ਸੀ ਜਦੋਂ ਇਹ ਪਹਿਲੀ ਵਾਰ ਆਈ ਆ ਕਿ ਇਹ ਵੈਰੈਟੀ ਨੂੰ ਜੂਰੀਆ ਲਾਤਾ ਸੀਗਾ ਦੂਜਾ ਜੂਰੀਆ ਲੇਟ ਪੂਰਾ ਕੀਤਾ ਕਿਸਾਨਾਂ ਨੇ ਤੇ ਫਿਰ ਇਹ 35-35 ਦਿਨਾਂ 40-40 ਦਿਨਾਂ ਦੀ ਨਿਸਰਨ ਲੱਗ ਗਈ ਸੀਗੀ ਜੂਰੀਆ ਇਸ ਕਿਸਮ ਨੂੰ ਦੂਜੀਆਂ ਕਿਸਮਾਂ ਦੇ ਮੁਕਾਬਲੇ ਕੋਈ ਜ਼ਿਆਦਾ ਨਹੀਂ ਚਾਹੀਦਾ ਹੈਗਾ ਬਟ ਕੰਟੀਨਿਊਸਲੀ ਚਾਹੀਦਾ ਜੇਕਰ ਤੁਸੀਂ ਕਦੂ ਜੂਵਦਾ ਘੱਟਾ ਪਾ ਦੋਗੇ ਤਾਂ ਕੋਈ ਪ੍ਰੋਬਲਮ ਨਹੀਂ ਇਹ ਵੈਰੈਟੀ ਉਹਨੂੰ ਮੰਨਦੀ ਆ ਉਸ ਨੂੰ ਚੰਗੇ ਤਰੀਕੇ ਨਾਲ ਲੈ ਲੈਂਦੀ ਐ ਤੇ ਲੱਗਣਸਾਰ ਹੀ ਚੱਲ ਪੈਂਦੀ ਐ ਤੇ ਉਸ ਤੋਂ ਬਾਅਦ ਜਿਹੜਾ ਦੂਸਰਾ ਜੂਰੀਆ ਹੈਗਾ ਤੁਸੀਂ 2 ਗੱਟੇ ਦਿੰਨੇ ਹੋ 2.5 ਗੱਟੇ ਦਿੰਨੇ ਹੋਏਗਾ ਯੂਰਗੇ ਦੇ ਤਾਂ ਉਹ ਪਹਿਲੇ 25-30 ਦਿਨਾਂ ਦੇ ਵਿੱਚ ਦੇਣੇ ਜ਼ਰੂਰੀ ਆ ਉਸ ਤੋਂ ਬਾਅਦ ਭਾਵੇਂ ਤੁਸੀਂ ਲੇਟ ਨਾ ਕਰੋ ਬਰ ਬਢਾਨਕ ਕਿਸਮਾਂ 118 ਝੋਨਾ ਪੂਸ਼ਾ ਚ ਵਾਲੀ ਡੋਗਰ ਪੀਲੀ ਪੂਸ਼ਾ ਜਾਂ ਹੋਰ ਵੀ ਲੰਮੇ ਸਮੇਂ ਦੀਆਂ ਕਿਸਮਾਂ ਮਾਰਕੀਟ 'ਚ ਹੈਗੀਆਂ ਕਿਸਾਨ ਲਾ ਰਹੇ ਆ ਉਹਨਾਂ ਦਾ ਜੂਰੀਆ ਤੁਸੀਂ 50 ਦਿਨਾਂ ਤੱਕ ਵੀ ਲੈ ਜਾਣੇ ਹੋ 45 ਦਿਨਾਂ ਤੱਕ ਵੀ ਲੈ ਜਾਣੇ ਹੋ ਬਟਾ ਤੁਸੀਂ ਇਸ ਕਿਸਮ PR126 ਨੂੰ ਉਹਨਾਂ ਦੇ ਨਾਲ ਕੰਪੇਅਰ ਨਾ ਕਰਿਓ ਇਹਨੂੰ ਤੁਸੀਂ 30-35 ਦਿਨਾਂ ਦੇ ਵਿੱਚ ਯੂਰੀਆ ਹਰ ਹਾਲਤ ਪੂਰਾ ਕਰ ਦੇਣਾ ਜਦੋਂ ਵੀ ਕਿਤੇ ਪੇਲਨੈਸ ਜ਼ਿਆਦਾ ਆਉਂਦੀ ਹੈ بارش ਜੇ ਬਿਲਕੁਲ ਲਵਾਈ ਤੋਂ ਬਾਅਦ 30-35 ਦਿਨਾਂ ਦੇ ਵਿੱਚ ਜੇਕਰ ਨਹੀਂ ਹੁੰਦੀ ਮੌਸਮ ਡਰਾਈ ਰਹਿੰਦਾ ਵਿੱਚ ਤਾਂ ਇਹ ਜੁਲਾਈ 'ਚ ਲੱਗਣਾ ਜਾ ਕੇ ਡਰਾਈ ਰਹਿੰਦਾ ਨਹੀਂ ਹੈਗਾ ਉਦੋਂ ਬਰਸਾਤਾਂ ਦਾ ਮੌਸਮ ਚੱਲਣ ਵਾਲਾ ਹੁੰਦਾ ਤੇ ਅਗਸਤ ਦੇ ਵਿੱਚ ਵੀ ਬਰਸਾਤਾਂ ਹੁੰਦੀਆਂ ਤੇ ਜੁਲਾਈ ਤੇ ਅਗਸਤ ਦੇ ਵਿੱਚ ਇਹਨੇ ਸਾਰਾ ਬੂਟਾ ਮਾਰ ਲੈਣਾ ਸਤੰਬਰ ਦੇ ਵਿੱਚ ਇਹਨੇ ਫਿਰ ਆਪਣਾ ਆਪਣਾ ਵਾਅਦਾ ਕਰਨਾ ਤੇ ਸਤੰਬਰ ਦੇ ਐਂਡ ਦੇ ਵਿੱਚ ਹੀ ਇਹਨੇ ਨਿਸਾਰਾ ਲੈ ਕੇ ਅੱਗੇ ਪਕਾ ਕਰਨਾ ਸ਼ੁਰੂ ਕਰ ਦੇਣਾ ਅਕਤੂਬਰ ਦੇ ਆਧ ਤੱਕ ਜਾਂ ਅਕਤੂਬਰ ਐਂਡ ਦੇ ਵਿੱਚ ਇਹਨੇ ਸਹੀ ਤਰੀਕੇ ਨਾਲ ਪੱਕਣਾ ਹੁੰਦਾ ਜਿਹੜਾ ਇਹਨੂੰ ਸਹੀ ਮੌਸਮ ਚਾਹੀਦਾ ਜਿਵੇਂ ਬਾਸਮਤੀ ਕਿਸਮਾਂ ਲੇਟ ਲੱਗਦੀਆਂ ਕਿਉਂਕਿ ਉਹਨਾਂ ਨੂੰ ਪੱਕਣ ਲਈ ਠਰਮਾ ਮੌਸਮ ਚਾਹੀਦਾ ਹੁੰਦਾ ਇਹ ਵੈਰੈਟੀ ਨੂੰ ਵੀ ਕੁਝ ਇਸ ਤਰ੍ਹਾਂ ਦਾ ਮਾਹੌਲ ਹੀ ਪੱਕਣ ਲਈ ਚਾਹੀਦਾ ਹੁੰਦਾ ਤਾਂ ਇਹ ਝਾੜ ਬਹੁਤ ਜ਼ਿਆਦਾ ਵਧਿਆ ਦਿੰਦੀ ਹੈ ਇਹੜੀਆਂ ਲੰਮੀਆਂ ਕਿਸਮਾਂ ਜਿਹੜੀਆਂ ਲੰਬੇ ਟਾਈਮ ਦੀਆਂ ਕਿਸਮਾਂ ਉਹਨੂੰ ਆਪਾਂ ਲੇਟ ਨਹੀਂ ਲਾ ਸਕਦੇ ਕਿਉਂਕਿ ਉਹਨਾਂ ਵਿੱਚ ਟਾਈਮ ਦੀ ਫਲੈਕਸੀਬਿਲਿਟੀ ਘੱਟ ਆ ਤੇ ਟਾਈਮ ਵੀੜ ਜ਼ਿਆਦਾ ਆ ਜੇ ਰੋ ਠੰਡੇ ਮੌਸਮ ਵਿੱਚ ਪਕਾ ਜਾਂਦਾ ਤਾਂ ਉਹਨਾਂ ਦੇ ਵਿੱਚ ਮੌਇਸਚਰ ਬਹੁਤ ਜ਼ਿਆਦਾ ਰਹਿੰਦਾ ਤੇ ਉਹ ਪਕਾ ਲੈਣ ਲਈ ਲੰਮਾ ਟਾਈਮ ਲੈ ਜਾਂਦੇਗਾ ਉਹਨਾਂ ਨੂੰ ਆਪਾਂ 10-15 ਦਿਨ ਤੱਕ ਹੋਰ ਰੋਕੀ ਰੱਖੀਏ ਤਾਂ ਖੇਤ ਦੇ ਵਿੱਚ ਪੱਕਣ ਦਾ ਨਾਂ ਨਹੀਂ ਲੈਂਦੇਗਾ ਪਰ PR126 ਵਧੀਆ ਤਰੀਕੇ ਨਾਲ ਪੱਕ ਜਾਂਦੀ ਹੈ ਦੋ ਪ੍ਰੋਬਲਮਾਂ ਹੀ ਮੇਨ ਆ ਜੇ ਬੱਲੀ ਸਮੇ ਇਹਦਾ ਟੈਂਪਰੇਚਰ ਖਰਾਬ ਰਹਿੰਦਾ ਤਾਂ ਇਸ ਵੈਰੈਟੀ ਤੇ ਝਾੜ ਤੇ ਅਸਰ ਪੈਂਦਾ ਪਰ ਜੇ ਲਾਉਣ ਵ ਤਾਂ ਸ਼ਾਇਦ ਮੈਦੂਲਾ ਦਾ ਝਾੜ ਹੋਰ ਵੀ ਜ਼ਿਆਦਾ ਘਟੂ। ਸੋ ਇੰਨੀ ਇੱਕ ਜਾਣਕਾਰੀਆਂ ਤੁਹਾਡਾਂ ਨਾਲ ਸਾਂਝੀਆਂ ਕਰਨੀਆਂ ਸੀ ਜਿਹੜੇ ਕਿਸਾਨਾਂ ਨੇ ਇਹਦੀ ਬਿਜਾਈ ਕਰਨੀ ਆ। 20-7 ਕਿਲੋ ਪੇਜ ਤਾਂ ਵੀ ਕਬਰਾਉਣਾ ਨਹੀਂ ਹੈਗਾ ਪਰ ਜਿਹੜੇ ਖੇਤਾਂ ਦੇ ਵਿੱਚ 10 ਜੂਨ ਤੋਂ ਲੈ ਕੇ 25 ਜੂਨ ਦੇ ਵਿੱਚ ਵਿਚਾਲੇ ਬਿਜਾਈ ਹੋ ਰਹੀ ਆ ਡਾਕਰ ਜ਼ਮੀਨਾਂ ਪ੍ਰਾਣੀਆਂ ਪੁਰਾਣਾ ਰਿਕਾਰਡ ਝੋਨਾ ਲੱਗਣ ਦਾ ਹੀ ਹੈਗਾ ਉਹਨਾਂ ਜ਼ਮੀਨਾਂ ਦੇ ਵਿੱਚ ਤਾਂ ਸੁੱਕੇ ਬੱਤਰ ਵਾਲੀ BB 2019 ਹੀ ਕਾਮਯਾਬ ਆ ਇਸ ਵੈਰੈਟੀ ਦੇ ਲਈ ਜਿਹੜੀਆਂ ਤੁਸੀਂ ਅਰਲੀ ਮਈ ਦੇ ਵਿੱਚ ਜਾਂ ਸਟਾਰਟਿੰਗ ਜੂਨ ਦੇ ਵਿੱਚ ਤੁਸੀਂ ਬਨ ਬਿਜਾਈਆਂ ਕਰਨੀਆਂ ਸਿੱਧੀ ਬਿਜਾਈ ਦੀ ਗੱਲ ਕਰ ਰਹੇ ਆ ਤਾਂ ਉਥੇ ਤਾਰਬੱਤਰ ਵਾਲੀ ਬੀਜੀ ਨੂੰ ਜ਼ਿਆਦਾ ਯੂਜ਼ ਕਰ ਸਕਦੇ ਹੋ ਪਰ ਜਦੋਂ ਬਰਸਾ ਬਰਸਾਤਾਂ ਦਾ ਦੌਰ ਦਿਨ ਰਾਤ ਚੱਲ ਰਿਹਾ ਹੁੰਦਾ ਤਾਂ ਉਦੋਂ ਆਪਾਂ ਤਾਰ ਵਾਲੀ ਬੱਤਰ ਵਾਲੀ ਬੀਜੀ ਤੋਂ ਕਈ ਵਾਰ ਡਰਦੇ ਹੁੰਨੇ ਕਿਉਂਕਿ ਇੱਕ ਵਾਰ ਕਰੰਟ ਪੰਪੰਤੀ ਦੂਜੀ ਵਾਰ ਫਿਰ ਮੀਂਹ ਪੈ ਗਿਆ ਤਾਂ ਹੋ ਸਕਦਾ ਉੱਥੇ ਆਪਾਂ ਨੂੰ ਫਿਰ ਸੀਡ ਲਾਸ ਹੋ ਜਾਵੇ ਆਪਣਾ ਨੁਕਸਾਨ ਹੋਣ ਦਾ ਖਰਚਾ ਬਣਿਆ ਰਹਿੰਦਾ ਸੋ ਇੰਨੀਆਂ ਕਿ ਜਾਣਕਾਰੀਆਂ ਦਾ ਉਹਨਾਂ ਸਾਂਝੀਆਂ ਕਰਨੀਆਂ ਸੀਗੀਆਂ ਗਲਤੀਆਂ ਨਾ ਕਰਿਓ ਵੈਰਾਈਟੀ ਘੱਟ ਸਮੇਂ ਦੀ ਹੈ ਪੰਜਾਬ ਦੇ ਪਾਣੀ ਨੂੰ ਬਚਾਉਣ ਵਾਲੀ ਵੈਰਾਈਟੀ ਆ ਤੇ ਚੰਗੇ ਝਾੜ ਜੇ ਮਿਲਦੇ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਇਹਦੇ ਤੇ ਕੰਮ ਕਰਨ ਦੀ ਲੋੜ ਆ ਹੋਰ ਵੈਰੈਟੀਆਂ ਵੀ ਇਸ ਤਰ੍ਹਾਂ ਦੀਆਂ ਬਣ ਸਕਦੀਆਂ ਜਿਹੜੀਆਂ ਇਹ 123 24 ਦਿਨਾਂ ਦੀ ਵੈਰੈਟੀ ਆ 130 ਦਿਨਾਂ ਦੀਆਂ ਵੈਰੈਟੀਆਂ ਤੇ ਵੀ ਕੰਮ ਹੋ ਸਕਦਾ ਤੇ ਆਪਾਂ ਲੰਮੀਆਂ ਵੈਰੈਟੀਆਂ ਤੋਂ ਖਿਹੜਾ ਛੜਾ ਸਕਦੇ ਆ ਡੀਜ਼ਲ ਬਹੁਤ ਜ਼ਿਆਦਾ ਮਹਿੰਗੇ ਆ ਖਰਚੇ ਆਪਣੇ ਹਰ ਸਾਲ ਵਧ ਰਹੇ ਆ ਰੇਹਾਂ ਦੇ ਸਪ੍ਰੇਹਾਂ ਦੇ ਜਿਸ ਦਿਨ ਆਪ ਨੂੰ ਜਿਹੜੀਆਂ ਸਬਸਿਟੀਆਂ ਮਿਲ ਰਹੀਆਂ ਉਹਨਾਂ ਦੇ ਵਿੱਚੋਂ ਜੇ ਸਬਸਿਟੀਆਂ ਅੱਧੀਆਂ ਵੀ ਰਹਿ ਜਾਣ ਜਾਂ ਪੂਰੀਆਂ ਖਤਮ ਹੋ ਜਾਣ ਤਾਂ ਖੇਤੀ ਕਰਨੀ ਆਪਣੇ ਲਈ ਸੰਭਵ ਹੋ ਜਾਵੇਗੀ ਸੋ ਇਨੀਆਂ ਇੱਕ ਜਾਣਕਾਰੀਆਂ ਤੁਹਾਡਾਂ ਸਾਂਝੀਆਂ ਕਰਨੀਆਂ ਸੀ ਚੈਨਲ ਤੇ ਬਣੇ ਰਹੋ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਹੋਰ ਜਾਣਕਾਰੀਆਂ ਸਾਂਝੀਆਂ ਕਰਦੇ ਰਾਂਗੇ ਧੰਨਵਾਦ